बहुत ही सत्कार योग वीर नन्नू थरी के, क्योंकि मेरे मासी जी के पोते ने वह भी इतने आए ने, उन्होंने इतने आए थे जी आए कहने नन्नू थरी के। जेड़े भी साढ़े वीर बेनती करूंग थोड़ा जा खुल के खड़ो जी। बाबा चरना स्पोर्ट्स क्लब स्वदी उन्होंने बेनती करूं, उन्होंने भी कोई आदमी एक बार जो मैंबर दिवेश दशमेश स्टैंड वेलफेयर क्लब ईसेआल युवक सेवावान क्लब जंडाली आल फ्रेंड वेलफेयर एंड स्पोर्ट्स क्लब जगराओं जय मैया भगवान स्पोर्ट्स क्लब फलौर जंग स्पोर्ट्स क्लब नथोवाल युवक सेवावान क्लब ललतों कला ड्रौली भाई की टीम ग्राउंड चेंटर करे जी। ड्रौली भाई बुरज हरी सिंह के नाल ड्रौली भाई का मैच होना। ड्रौली भाई की टीम ग्राउंड चेंटर करे। तीन टीमों नूं बाई दित्ती गई है ते एक मैच होना है बुरज हरी सिंह ते ड्रौली भाई। ड्रौली भाई की टीम नूं गुजारिश भी टीम समय दे नाल ही ग्राउंड च पुजे। रवि कनेडा रवि यूएसए चन्ना यूएसए ये भी विदेशों में बैठे साढ़े वीर कबड्डी का लाइव देख रहे हैं। शहीद भगत सिंह कबड्डी क्लब एडमिंटन सोनी स्वदी होनी सोनी दोधर जंग बहादुर होनी ये भी साढ़े वीर लाइव जुड़े हुए इस कबड्डी कप के नाल शाना ग्रुप हुशियारपुर वाले उन्होंने भी बहुत बड़े धन्यवाद ने। बाबा चरना स्पोर्ट्स क्लब स्वदी ईसेआल दशमेश स्पोर्ट्स एंड वेलफेयर क्लब ईसेआल युवक सेवावान क्लब झांडे उन्होंने हो गई है युवक सेवावान क्लब झांडे युवक सेवावान क्लब जंडाली। धन धन बाबा धन धन बाबा धन्ना शहीद क्लब भी साढ़े को पहुंची है इन्हों भी सन्मान चिन्ह दे दियो जी। मोहन सिंह दे जंडाली जंडाली चौक सेवावान क्लब जंडाली हेलो मैं बेनती करा एक मिनट जी मैं बेनती करा भी अगलिया टीम अनाउंस कर दियो जे टाइया पै गई तो अगलिया टीम अनाउंस कर दियो जी। हेलो ड्रौली भाई ते बुरज हरी सिंह का मैच खेडा जाना है टीम बेनती भावे बुरज हरी सिंह की टीम हुणे ही खेड के गई है पर भी तुहानू भी पता है भी टीम जिन्नियां कैंटर होनिया सीगियां उह टाइया उन्नी उन्नी पा चुके हैं। बुरज हरी सिंह ते ड्रौली भाई अमरजीत सिंह जी एस आई साहब स्पोर्ट्स क्लब महलपुर महल खुरद ते नाल ही नथोवाल जंग स्पोर्ट्स क्लब नथोवाल ये भी दे दियो। अच्छा जंग स्पोर्ट्स क्लब नथोवाल जंग स्पोर्ट्स क्लब नथोवाल आ दे दे यार आ ले फड़ी।
ਕਰਦਾ ਤੂੰ ਜੈ ਮਈਆ ਭਗਵਾਨ ਸਪੋਰਟਸ ਕਲੱਬ ਫਲੌਰ ਇੱਕ ਤਾਂ ਜੰਗ ਸਪੋਰਟਸ ਕਲੱਬ ਨੱਥੋਵਾਲ ਉਹਨਾਂ ਨੂੰ ਮੇਰੀ ਬੇਨਤੀ ਅਗਰ ਹੈ ਤਾਂ ਲੈ ਲਓ ਆਪਣੇ ਤੇ ਇੱਕ ਮਹਿਲ ਖੁਰਦ ਵਾਲੇ ਜਿਹੜੀ ਸਪੋਰਟਸ ਕਲੱਬ ਆ ਉਹ ਵੀ ਆ ਜਾਣ ਅੱਛਾ ਕਹਿੰਦੇ ਮਹਿਲ ਖੁਰਦ ਵਾਲੇ ਆਉਂਦੇ ਆ ਜੀ ਇੱਕ ਮਿੰਟ ਆ ਧੰਨਾ ਸ਼ਹੀਦ ਵਾਲਿਆਂ ਨੂੰ ਦੇ ਦਿਓ ਜੀ ਆ ਸਨਮਾਨ ਚਿੰਨ੍ਹ ਦੇ ਦਿਓ ਇੱਕ ਸਨਮਾਨ ਚਿੰਨ੍ਹ ਦੇ ਦਿਓ ਧੰਨ ਧੰਨ ਬਾਬਾ ਧੰਨਾ ਸ਼ਹੀਦ ਮੋਹਨ ਸਿੰਘ ਉਹਨਾਂ ਨੂੰ ਵੀ ਦੇ ਦਿਓ ਸਨਮਾਨ ਚਿੰਨ੍ਹ ਬੁਰਜ ਹਰੀ ਸਿੰਘ ਤੇ ਡਰੋਲੀ ਪਾਈ ਗਰਾਊਂਡ ਖਾਲੀ ਹੈ ਟੀਮਾਂ ਨੂੰ ਬੇਨਤੀ ਵੀ ਟੀਮਾਂ ਗਰਾਊਂਡ 'ਚ ਪੁੱਜਣ ਬੁਰਜ ਹਰੀ ਸਿੰਘ ਤੇ ਡਰੋਲੀ ਪਾਈ ਇਹ ਦੋਹਾਂ ਟੀਮਾਂ ਨੂੰ ਅਨਾਉਂਸ ਆ ਵੀ ਉਹ ਪਹੁੰਚੋ ਗਰਾਊਂਡ 'ਚ ਬੁਰਜ ਹਰੀ ਤੇ ਡਰੋਲੀ ਪਾਈ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਈਸੇ ਵਾਲ ਜੇ ਹੈਗੇ ਤਾਂ ਆ ਜਾਓ ਜਾਂ ਫਿਰ ਥੋੜਾ ਠਹਿਰ ਕੇ ਲੈ ਲਿਓ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸਾਡੇ ਸਾਬਕਾ ਸਰਪੰਚ ਬਲਵੰਤ ਸਿੰਘ ਤਰੀਕੇ ਸ਼ਰਨਜੀਤ ਸਿੰਘ ਤਰੀਕੇ ਜਗਤਾਰ ਸਿੰਘ ਐਕਸ ਪੰਚ ਤਰੀਕੇ ਤੇ ਗੁਰਦੀਪ ਸਿੰਘ ਕੈਨੇਡਾ ਇਹ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਇੱਥੇ ਆਉਣ ਤੇ ਜੀਆਂ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਜੀ ਸਾਬਕਾ ਸਰਪੰਚ ਬਲਵੰਤ ਸਿੰਘ ਉਹਨਾਂ ਦਾ ਸ਼ਰਨਜੀਤ ਸਿੰਘ ਉਹਨਾਂ ਦਾ ਜਗਤਾਰ ਸਿੰਘ ਐਕਸ ਪੰਚ ਤਰੀਕੇ ਗੁਰਦੀਪ ਸਿੰਘ ਕੈਨੇਡਾ ਇੱਕ ਮੇਰੀ ਬੇਨਤੀ ਆ ਵੀ ਸਟੇਜ ਦੇ ਸਾਹਮਣੇ ਦੇਖੋ ਪਲੀਜ਼ ਆਸੇ ਪਾਸੇ ਹੋ ਜਾਓ ਦੁਆਰਾ ਦੁਆਰਾ ਕਹਿਣ ਦਾ ਮੌਕਾ ਨਾ ਦਿਓ ਡਰੋਲੀ ਭਾਈ ਦੀ ਟੀਮ ਗਰਾਊਂਡ 'ਚ ਐਂਟਰ ਕਰੇ ਜੀ ਬੁਰਜ ਹਰੀ ਸਿੰਘ ਦੀ ਟੀਮ ਸਟੇਜ ਦੇ ਲਾਗੇ ਖੜੀ ਹੈ ਡਰੋਲੀ ਭਾਈ ਦੀ ਟੀਮ ਗਰਾਊਂਡ 'ਚ ਐਂਟਰ ਕਰੇ ਗਰਾਊਂਡ ਖਾਲੀ ਹੈ ਸੰਗਤਾਂ ਦੂਰ ਦੂਰ ਤੋਂ ਕਬੱਡੀ ਕੱਪ ਦੇਖਣ ਆਈਆਂ ਹੈ ਕੁਝ ਕੁ ਮਾਨ ਸਨਮਾਨ ਸੀਗੇ ਪੰਜਾਬ ਦੀਆਂ ਨਾਮੀ ਕਲੱਬਾਂ ਦੇ ਜਿਹੜੇ ਮਾਨ ਸਨਮਾਨ ਹੋਏ ਹੈ ਬੇਨਤੀ ਹੈ ਡਰੋਲੀ ਭਾਈ ਦੀ ਟੀਮ ਗਰਾਊਂਡ 'ਚ ਪੁੱਜੇ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਦੀਪ ਸਿੰਘ ਡੀਪੀ ਗਰੇਵਾਲ ਸਾਹਿਬ ਉਹ ਪਹੁੰਚੇ ਨੇ ਇੱਥੇ ਆਉਣ ਤੇ ਜੀ ਆਏ ਕਹਿੰਦੇ ਆ ਧੰਨਵਾਦ ਕਰਦੇ ਆ ਤੇ ਨਾਲ ਹੀ ਨਾਲ ਮੈਂ ਹੈਲੋ ਡਰੋਲੀ ਭਾਈ ਦੀ ਟੀਮ ਜਲਦੀ ਦੇ ਨਾਲ ਹੀ ਗਰਾਊਂਡ 'ਚ ਐਂਟਰ ਕਰੇ ਜੀ ਡਰੋਲੀ ਭਾਈ ਬੁਰਜ ਹਰੀ ਸਿੰਘ ਦੀ ਟੀਮ ਗਰਾਊਂਡ 'ਚ ਐਂਟਰ ਕਰੇ ਭਾਵੇਂ ਹੁਣੇ ਮੈਚ ਖੇਡ ਕੇ ਗਈ ਹੈ ਇਹ ਕਲੱਬ ਦਾ ਸਖਤ ਤੌਰ ਤੇ ਫੈਸਲਾ ਹੈ ਬੁਰਜ ਹਰੀ ਸਿੰਘ ਤੇ ਡਰੋਲੀ ਭਾਈ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ 'ਚ ਐਂਟਰ ਕਰਨ ਅਮਰਜੀਤ ਸਿੰਘ ਜੀ ਏਐਸਆਈ ਇੰਚਾਰਜ ਲੋਹਟਬੱਦੀ ਇਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੈ ਸੰਜੀਵ ਕੁਮਾਰ ਬੱਬੂ ਜੀ ਰੈਫਰੀ ਵੀਰ ਗਰਾਊਂਡ 'ਚ ਪੁੱਜਣ ਰੈਫਰੀ ਵੀਰ ਗਰਾਊਂਡ ਚੋਂ ਜੀ ਰੈਫਰੀ ਬਲਵੀਰ ਸਿੰਘ ਜੀ ਇੱਕ ਮਿੰਟ ਬਲਵੀਰ ਸਿੰਘ ਆਇਓ ਤੁਹਾਨੂੰ ਮਿਲਣਾ ਗੁਰਸੇਵ ਸਿੰਘ ਰੌਣੀ ਉਹਨਾਂ ਨੇ ਜੌਨੀ ਵਰਮਾ ਉਹਨਾਂ ਨੇ ਜਾਣਾ ਡਰੋਲੀ ਭਾਈ ਤੇ ਬੁਰਜ ਹਰੀ ਸਿੰਘ ਲਾਸਟ ਅਨਾਊਂਸਮੈਂਟ ਇਹਨਾਂ ਟੀਮਾਂ ਦੇ ਲਈ ਬੁਰਜ ਹਰੀ ਸਿੰਘ ਤੇ ਡਰੋਲੀ ਭਾਈ ਤਿੰਨ ਟੀਮਾਂ ਨੂੰ ਬਾਈ ਦਿੱਤੀ ਗਈ ਹੈ ਤੇ ਮੈਚ ਜਿਹੜਾ ਇਹਨਾਂ ਟੀਮਾਂ ਦੇ ਦਰਮਿਆਨ ਹੋਣਾ ਹੈ ਸਾਡੀ ਵੀ ਮਜਬੂਰੀ ਹੈ ਇਹ ਟੀਮਾਂ ਸਮਝਣ ਡਰੋਲੀ ਭਾਈ ਦੀ ਟੀਮ ਗਰਾਊਂਡ ਵੱਲ ਐਂਟਰ ਕਰ ਰਹੀ ਹੈ ਤੇ ਬੁਰਜ ਹਰੀ ਸਿੰਘ ਦੀ ਟੀਮ ਗਰਾਊਂਡ 'ਚ ਆਵੇ ਬੁਰਜ ਹਰੀ ਸਿੰਘ ਦੀ ਟੀਮ ਜਲਦੀ ਦੇ ਨਾਲ ਹੀ ਗਰਾਊਂਡ 'ਚ ਪੁੱਜ ਜਾਵੇ ਕਿ ਖਾਧੀ ਹੋਈ ਖੁਰਾਕ ਵਾਲੇ ਪਾੜੇ ਵਿੱਚ ਗੱਜਣੇ
हां जी सुखी जी करो जी अनाउंसमेंट। हेलो हेलो एसपी परमजीत सिंह पन्नू वो साढ़े दरम्यान पहुंच चुके ने। एसपी परमजीत सिंह पन्नू मैं समुची टीम नू बेनती करूंगा कि उन्होंने गेट तो लैके आउण। ड्रौली भाई की टीम एक खिडारी ग्राउंड च एंटर करे आ, वो टीम नोट कर लवे ध्यान दे नाल। जे दो मिनट विच विच वो टीम नहीं आ रही तो असीं स्क्रैच करन लई मजबूर हाँ। ड्रौली भाई की टीम नोट करे। हैलो एक मोबाइल डिग गया अगर किसी नू मिले मैनू फड़ा दे जां साडे कमेटी मैंबर नू फड़ा दे और उहदा नाम आ जिहड़ा उह घट्टो घट्टो 2000 रुपया देणगे। जे अगर वह टैलीफोन फोन कोई मोबाइल सानू फड़ाउंदा तां 2000 रुपया देणगे क्योंकि उहनां दा बहुत जरूरी विच मैसेज ने जां उहनां दे जो फोन दे विच जिन्नी वी उहनां दे फोन ने भरे होए ने उहनां दा बहुत जरूरी फोन आ। सो जिस भी किसी नू मिले तां जरूर कृपा करके सानू फड़ाउण दी कोशिश करे। वाहिगुरु जी का खालसा वाहिगुरु जी की फतह। बुरजहरी सिंह की टीम भी आ गई है। लड़कियों नू बेनती इन्हां टीमां दा अगला मैच होना है प्लीज ये टीमां साइड ते हो जाण। बुरजहरी सिंह की टीम ग्राउंड च एंटर कर चुकी है। ड्रौली भाई की टीम भी आ गई है। ड्रौली भाई की टीम वह भी ग्राउंड दे विच एंटर करन जा रही है। लड़कियों का शो मैच इस मैच तो बाद होगा। बोर्ज हरी सिंह ते ड्रौली भाई कि आ गए ने ग्राउंड विच खिंच के तैयारियां मेहनत दे नाल पईयां बाडियां शिंगारियां लगना मैदान विच जोर चोटी अड्डी का कौड़ी तो हीरा बन जाए जिन्हों लग जाए इश्क कबड्डी का। कौड़ी तो हीरा बन जाए जिन्हों लग जाए इश्क कबड्डी का। इश्क कबड्डी का लग्या होया कबड्डी के सुपर खिलाड़ी। हेलो हेलो दविंदर सिंह तूर ईओ जगराओं वो साढ़े दरम्यान पहुंचे ने इतने आने से जी आए कहने ते धन्यवाद करते हैं। दविंदर सिंह तूर लड़कियां दी टीमां दे कोचर साहिबान बेनती है लड़कियां दी टीमां साइड ते होके बैठ जाण। बुरज हरी सिंह ते ड्रौली भाई का मैच ग्राउंड दे विच खेडा जाना है। बेहतरीन मुकाबले इन्हां खेड ग्राउंडां दे। फोटोग्राफर वीर नूं बेनती है मेन स्टेज ते पुज जावे। फोटोग्राफर वीर फोटोग्राफर मेन स्टेज ते पुज जावे। कुछ कु मान सम्मान करन जा रही है स्पोर्ट्स क्लब। बुरज हरी सिंह ते ड्रौली दा मैच आ सम्मान चिन्ह दे रहे ने बलवीर सिंह वीरे हुणी।
ਸਾਡੇ ਬਹੁਤ ਹੀ ਸਤਿਕਾਰਯੋਗ ਵੀ ਪਰਮਜੀਤ ਸਿੰਘ ਜੀ ਪੰਨੂ ਏਸੀਪੀ ਉਹ ਸਾਡੇ ਦਰਮਿਆਨ ਪਹੁੰਚੇ ਨੇ ਇੱਥੇ ਆਉਣ ਤੇ ਅਸੀਂ ਜੀਆਂ ਇਹ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਜੀ ਪਰਮਜੀਤ ਸਿੰਘ ਪੰਨੂ ਸੋਨੂ ਪਮਾਲ ਜੀਤੇ ਦੇ ਨਾਲ ਸੰਪਰਕ ਕਰ ਲਵੇ ਜਿੱਥੇ ਵੀ ਵਾਣ ਨੂੰ ਸੁਣਦਾ ਹੈ ਸੋਨੂ ਪਮਾਲ ਹੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਸੇਵਕ ਸਿੰਘ ਘੋਲੀਆ ਚੇਅਰਮੈਨ ਬਾਗਾ ਪੁਰਾਣਾ ਇੱਕ ਹੋਰ ਬੇਨਤੀ ਆ ਵੀ ਖੱਬੇ ਪਾਸੇ ਜਿਹੜੇ ਕਾਫੀ ਵਾਲੀ ਮਸ਼ੀਨ ਕੋਲੇ ਫਾਲਤੂ ਬੰਦੇ ਖੜੇ ਨੇ ਉਹ ਪਲੀਜ਼ ਉੱਥੋਂ ਪਰੇ ਚਲੇ ਜਾਣ ਬਾਹਰ ਚਾਹ ਲੱਗੀ ਹੋਈ ਆ ਲੰਗਰ ਵੀ ਲੱਗਿਆ ਉੱਥੇ ਜਾ ਕੇ ਛਕੋ ਜੀ ਇੱਥੇ ਪਲੀਜ਼ ਸਾਡੀ ਬੇਨਤੀ ਆ ਵੀ ਇੱਧਰ ਨਾ ਆਓ ਜਿੰਨੇ ਵੀ ਬੰਦੇ ਬਾਹਰ ਦੇ ਉੱਥੇ ਖੜੇ ਨੇ ਪਲੀਜ਼ ਇੱਕ ਸਾਈਡ ਤੇ ਹੋ ਜਾਓ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਲਜਿੰਦਰ ਸਿੰਘ ਜੀ ਸਾਡੇ ਵੀਰ ਜੀ ਪਹੁੰਚੇ ਨੇ ਉਹਨਾਂ ਨੂੰ ਜੀਆਂ ਕਹਿੰਦੇ ਬੇਨਤੀ ਕਰਦਾ ਜੀ ਕਿ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਬਹੁਤ ਬਹੁਤ ਧੰਨ ਸਾਡੇ ਵੀਰ ਜੀ ਕੁਲਦੀਪ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਇੱਧਰ ਮੈਚ ਦਰਸ਼ਕ ਵੀਰੋ ਸਟਾਰਟ ਹੋ ਗਿਆ ਬੁਰਜ ਹਰੀ ਸਿੰਘ ਤੇ ਡਰੋਲੀ ਭਾਈ ਪਹਿਲੀ ਕਬੱਡੀ ਗੁਰਪ੍ਰੀਤ ਸਿੰਘ ਬੁਰਜ ਹਰੀ ਦਾ ਵੇਖਦਾ ਚਾਰ ਜਾਫੇ ਵਿੱਚੋਂ ਕੌਣ ਨੌਜਵਾਨ ਪਹਿਲਾ ਜਫਾ ਲਾਉਂਦਾ ਹੈ ਇੱਕ ਪਾਸੇ ਕਹਿੰਦੇ ਚਾਨਾ ਧੱਲੇਕੇ ਵਾਲਾ ਵੀ ਡਰੋਲੀ ਦੀ ਭਾਈ ਟੀਮ ਲਈ ਪੁੱਜ ਗਿਆ ਹੈ ਤੇ ਨਾਲ ਗੋਲੂ ਗ੍ਰਿਪ ਗੱਜਣ ਵਾਲੀਆ ਹੈ ਤੇ ਨਾਲ ਕਹਿੰਦੇ ਜੱਗਾ ਹੈ ਨਾਲ ਰਿੰਪਾ ਉਧਰ ਧੱਲੇਕੇ ਵਾਲੇ ਚਰਨੇ ਨੂੰ ਹਲਕਾ ਜਿਹਾ ਟੱਚ ਤੇ ਜੋ ਪਹਿਲਾ ਪੁਆਇੰਟ ਹੈ ਇਸ ਧਾਵੀ ਦੇ ਗਿੱਸੇ ਆਹ ਖਿਡਾਰੀ ਨੌਜਵਾਨ ਮੇ ਵੀ ਜੋ ਬਿੱਟੂ ਇਸ ਵੇਲੇ ਇੱਕ ਸਾਹਮਣੇ ਵੀ ਬਿੱਟੂ ਦਗਾਲ ਵਾਲਾ ਖੜਾ ਹੈ ਤੇ ਨਾਲ ਗੁਰਵਿੰਦਰ ਭਲਵਾਨ ਹੈ ਤੇ ਨਾਲ ਸਰਪੰਚ ਬੁਰਜ ਹਰੀ ਦਾ ਤੇ ਨਾਲ ਕਹਿੰਦੇ ਦਿੜਵੇ ਵਾਲਾ ਖੁਸ਼ੀ ਹੁਣ ਵੇਖਦਾ ਕੌਣ ਜਾਫੀ ਤਨ ਤਨ ਕਰਾਉਂਦਾ ਹੈ ਨਾ ਕ੍ਰਿਕਟ ਨਾ ਗੋਲਫ ਸਾਡੀ ਖੇਡ ਕਬੱਡੀ ਏ ਇੰਗਲੈਂਡ ਕੈਨੇਡਾ ਇਟਲੀ ਹਰ ਥਾਂ ਝੰਡੀ ਗੱਡੀ ਏ ਖੇਡ ਗਿਆ ਹਰਜੀਤ ਬਣ ਗਈ ਨਜਾਨ ਪੰਜਾਬੀ ਦਾ ਵਾਸੀ ਅਸੀਂ ਪੰਜਾਬ ਦੇ ਸਾਨੂੰ ਮਾਣ ਪੰਜਾਬੀ ਦਾ ਵਾਸੀ ਅਸੀਂ ਪੰਜਾਬ ਦੇ ਸਾਨੂੰ ਮਾਣ ਪੰਜਾਬੀ ਦਾ ਡੀਪੀ ਧਾਲੀਵਾਲ ਵਾਧਾ ਹੋਇਆ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਕਿ ਜੋ ਮਿਹਨਤਾਂ ਕਰਦੇ ਨੇ ਸ਼ੇਰਾਂ ਵਰਗੇ ਨੇ ਮਰਦ ਦਲੇਰਾਂ ਵਰਗੇ ਨੇ ਗੁਰੂ ਦੀਆਂ ਮਿਹਰਾਂ ਵਰਗੇ ਨੇ ਯਾਰੋ ਮੰਨੀਏ ਇਹਨਾਂ ਦੇ ਫਰੀਨੇ ਫੜਨੇ ਬੜੇ ਔਖੇ ਨੇ ਉਹਨੇ ਸਭ ਛੇ ਦਾ ਲੱਕ ਕਬੂਤਰ ਚੀਨੇ ਫੜਨੇ ਬੜੇ ਔਖੇ ਨੇ ਉਹਨੇ ਸਭ ਛੇ ਦਾ ਲੱਕ ਕਬੂਤਰ ਚੀਨੇ ਇਧਰ ਜੱਗਾ ਟਰਾਈ ਕਰਦਾ ਪਰ ਪੁਆਇੰਟ ਬੁਰਜ ਹਰੀ ਸਿੰਘ ਦੀ ਟੀਮ ਦੇ ਕਿਸੇ ਸਲੀਣ ਪਿੰਡ ਹੈ ਇਸ ਨੌਜਵਾਨ ਦਾ ਜ਼ਿਲ੍ਹੇ ਮਾਨਸੇ ਦਾ ਪਿੰਡ ਸਲੀਣ ਬਹੁਤ ਮਸ਼ਹੂਰ ਹੋਇਆ ਹੈ ਗੁਰਜੀਤ ਸਲੀਣ ਪਿੰਡ ਵਾਲਾ ਦਰਸ਼ਕ ਵੀਰੋ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਇਧਰ ਚੌਂ ਜਾਫਸ਼ਨ ਵਿੱਚੋਂ ਹੁਣ ਵੇਖਦੇ ਵੀ ਕਿਹਨੂੰ ਟੱਚ ਮਾਰਦਾ ਕੌਣ ਜੱਟ ਜਾਫੀ ਸਾਹਮਣੇ ਆਉਂਦਾ ਇਹਨੂੰ ਕਬੱਡੀ ਦੇ ਵਿੱਚ ਸਰਪੰਚ ਨਾਲੇ ਨਾਲ ਜਾਣਿਆ ਜਾਂਦਾ ਬੁਰਜ ਹਰੀ ਦਾ ਸਰਪੰਚ ਪਾਵੀ ਗੁਰਪ੍ਰੀਤ ਅਗਲੀ ਕਬੱਡੀ ਕਿ ਰੱਬ ਦੇ ਨਾਤੇ ਦੁਨੀਆ ਦਗੇ ਕਮਾਉਂਦੀ ਦੇਖੀਏ ਚਿੱਟੇ ਕੱਪੜਿਆਂ ਦੇ ਵਿੱਚ ਲਹੂ ਲਕਾਉਂਦੀ ਵੇਖੀਏ ਭੁੱਲ ਕੇ ਮਾਣ ਨਾ ਕਰੀਏ ਜ਼ੋਰ ਜਵਾਨੀ ਦਾ ਦਾਰੇ ਜੇ ਭਲਵਾਨ ਨੂੰ ਮੌਤ ਹਰਾਉਂਦੀ ਵੇਖੀਏ ਜਿਹੜੀ ਟੀਮ ਨੂੰ ਜਿੱਤ ਕੇ 8-10 ਲੱਖ ਹੀ ਮਿਲਣਾ ਸੀ ਹਾਰ ਕੇ ਉਹ ਟੀਮ ਕਰੋੜ ਕਮਾਉਂਦੀ ਵੇਖੀਏ ਮਿਰਜੇ ਨੂੰ ਮਰਵਾ ਕੇ ਸਾਹਿਬਾ ਆਪਣੇ ਵੀਰਾਂ ਤੋਂ ਕਬਰ ਤੇ ਜਾ ਕੇ ਚੋਰੀ ਫੁੱਲ ਚੜਾਉਂਦੀ ਦੇਖੀਏ ਕਬਰ ਤੇ ਜਾ ਕੇ ਚੋਰੀ ਫੁੱਲ ਚੜਾਉਂਦੀ ਦੇਖੀਏ ਇਧਰ ਰਿੰਪਾ ਮੇਰੇ ਵੀਰੋ ਟਰਾਈ ਤੇ ਕਰਦਾ ਪਰ ਪੁਆਇੰਟ ਬੁਰਜ ਹਰੀ ਸਿੰਘ ਦੀ ਟੀਮ ਦੇ ਗਿੱਸੇ ਪਾਵੀ ਨੌਜਵਾਨ ਹੈ ਅਗਲੀ ਕਬੱਡੀ ਇਧਰ ਮਮਨਾ ਇਸ ਵੇਲੇ ਦਰਸ਼ਕ ਵੀਰੋ ਡਰੋਲੀ ਭਾਈ ਦੀ ਟੀਮ ਦਾ ਜਿਹੜੇ ਪਿੰਡ ਦਾ ਨੀਨਾ ਕਹਿੰਦੇ ਲੀਗ ਦੇ ਮੈਚਾਂ ਦਾ ਸੁਪਰ ਸਟਾਰ ਸਾਬਤ ਹੋਇਆ ਹੈ ਉਧਰ ਪੱਟੀ ਖੁੱਚ ਇੱਕ ਪਾਸੇ ਬੁਰਜ ਹਰੀ ਦਾ ਸਰਪੰਚ ਮੇਰੇ ਪੰਜਾਬੀ ਵੀਰੋ ਤੇ ਇੱਕ ਪਾਸੇ ਸਵਾਦ ਵਾਲਾ ਜੱਫਾ ਲੱਗਣ ਜਾ ਰਿਹਾ ਹੈ ਤੇ 30 ਸਕਿੰਟਾਂ ਦੇ ਵਿੱਚ ਫੈਸਲੇ ਹੋ ਗਏ ਹੈ ਪੁਆਇੰਟ ਜਾਫੀ ਦੇ ਗਿੱਸੇ ਜਾਫੀ ਉਹ ਕਾਹਦਾ ਜਿਹੜਾ ਫੜ ਫੜ ਛੱਡਦਾ ਏ
बलविंदर सिंह जी दुले जो के प्रेसिडेंट जो विशेष तौर पर पुजे हुए है जय मैया भगवान फलौर के जो चेयरमैन ने इन्हों बोलों लिए बहुत सारे मन भेजते हैं तो 500 रुपये के मान सरपंच बुरज हरीली भेजते हैं ग्राउंड में दर्शक भी एक जोर का जफा एक पासे कालवा का गुरविंदर के भलवान कालवा का मेरे वीडियो सुपरस्टार एक पासे डाक पाउजनी एन बल्ले 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 खेड कबड्डी की एक पासे फैसला हो गया भी पॉइंट हैलो आ बिट्टू ट्रॉली 200 रुपया निंदर चमड़ ते जसवीरी वाली वालों 200 रुपया गुरप्रीत की कबड्डी के उत्ते क्रिकेटर भज ही जाते ने लोग फड़े ते फड़ाए जिन्हें मर्जी हूं हाथ पक्के जासियां ने पाए पिड़ते ने काके ते पैंदे ने पटाके हुंदी शादियां दी खैबाजी मौके वाले दी बल्ले बल्ले खेड कौड़ी तिलकनबाजी खेड कौड़ी तिलकनबाजी श्री देवी दयाल जी कुबियां वाले जिन्हां दी फेडरेशन दे कल मुकाबले इन्हां मैदानां विच होए समसपुरिया सुल्तान कल भी टॉप क्लास खेडिया ते अज भी टॉप क्लास खेडिया है इधर सलीन पिंड दा गुरजीत अगली कबड्डी पाउण चलिया है एक माड़ी पिंड दा गुरजीत मशहूर होया एक गुरजीत पुरेवाल जी दी बहुत वड्डी देण कबड्डी लई एक गुरजीत तूत मेरे वीरो एक बिसे नौजवान मेरे वीरो गुरविंदर भलवान ट्राई ते करदा पर अंक धावी दे गिसे पावी डीपी धालीवाल अगली कबड्डी के चोटी जी ने जाफी गोपी ताऊ भलवान जी हुंदियां ने गल्लां गुरलाल है महान जी जासिया स्टार मंगी बगे पिंड दा पप्पू निरभय विच अन्नी जान जी रुड़की दे गोगो सुन जाफी ने करंट जे पाले नूं तां हथ लुकी सोर सोच लाउण जी के पाले नूं भी हथ लुकी सोर सोच लाउण जी पेथों वाला शीरा वड़ा जाफी तकनीकी ए नोना पीता निका जफे मूहरे हो लाउण जी रबों वाला लाला जफे दुनिया विच आउंदा ए डमरू भी भैड़ा जाफी कैंची लक उत्ते लाउंदा ए डमरू भी भैड़ा जाफी कैंची लक उत्ते लाउंदा ए इस ग्राउंड दे विच बिट्टू दगाल पिंड वाला सोहना सुनखा जिहा नौजवान ते कबड्डी भी बड़ी सुनखी खेडदा पावी नौजवान बुरज वालिया अगली कबड्डी गुरप्रीत सिंह बुरज हरी दा ब्यांत सिंह धालीवाल ने कहंदे पहला लोधी कबड्डी कप करवाया गुरु नानक स्टेडियम दे विच बहुत माण वाली गल है ब्यांत सिंह धालीवाल दा पेंडू नौजवान बुरज हरी सिंह दा गुरप्रीत मेरे वीरो केंदा बिहारी पुरिया कबड्डी दा चीता आनंद माणदा कबड्डी दा इधर वेखदा चौं जाफियां विचों चरना धले के वाला कहंदे रामो वारीए भगवान सिंह नूं कोच मंनदा है इधर मैदान विच नौजवान गोलू ग्रिप गजन वालिया ये भी नौजवान हर साल यूके के मैदान में पुटदा और दुनिया के सुपरस्टार बदोबल कबड्डी कप से गल्लां हो रही है किहड़े सुपरस्टार इतिहास रचणगे हैलो असीं टाइयां पाउण लगे हां एक एक टीम का मैंबर वो खब्बे पासे पहुंच जावे सैमीफाइनल दे ते कि जज्जी वीर नूं बेनती आ भी उह स्टेज ते आवे जज्जी वीर मेरे कोल आ जावे ते नाल ही नाल साडे जस्सा बुरजदीप कैलपुर ये भी पहुंचे ने इन्हां नूं भी जी आए कहने जी के सिरे दे धावियां नूं गुट तों मनाउंदा दुग्गियां दा जट खुशी जड़वा कहाउंदा दुग्गियां दा जट खुशी जड़वा कहाउंदा यह है प्रिंस कबड्डी का खेल का लगता बड़ा प्यारा गबरू गाडर वर्गे का हाथ है किलो किलो का पारा गबरू गाडर वर्गे का हाथ है किलो किलो का पारा एक पास डीपी धालीवाल ये दादा जी ने प्रभानी बहुत तकड़ी की पुत्र गुड़ती कबड्डी की मिली है ये लखा की कबड्डी का वारस डीपी धालीवाल कबड्डी पाके वारस पावी नौजवान डॉली वाले है अगली कबड्डी हैप्पी नाम इस नौजवान कबड्डी के खिलाड़ी का एक हैप्पी चमयारे वाला बहुत मशहूर होया है एक हैप्पी रुड़के वाला इन्हां ग्राउंडां दा शिंगार बनिया कदी इधरली साइड नौजवान हैप्पी दी कबड्डी दे उत्ते कारवां दा भलवान सिंह एन मेरे वीरो ग्राउंड दे विच जीदारी दे नाल खेडदा होया कबड्डी वेखदे वी डक पाउजा नहीं तींगड़ दोवें मावां दे भली पुत एक पासे कहिंदे 30 सकिंट ने दर्शक वीरो 33 सकिंटां दे फैसले आ जो पॉइंट इस जाफी दे गिसे वाओ नौजवान एवें नहीं कबड्डी विच नाम अनाउंस हुंदा कारवां दा गुरविंदर सिंह ते कदी मेरे वीओ दिड़वे वाले खुशी दा नाम आना सुंदा कदी दगाल वाले बिट्टू दा खीरा वाले दे गग्गी वर्गे जलालपुर दे पाले वर्गे नंगल अंबियां दे संदीप वर्गे अज पुजे होए ने ग्राउंडां दे शिंगार दे वणन दे लई इधर मैदान विच गुरप्रीत बुरज हरी सिंह दा नौजवान हैलो
ਹੁਣੇ ਹੁਣੇ ਫੋਨ ਆਇਆ ਰਾਜਵਿੰਦਰ ਸਿੰਘ ਰਾਜੂ ਉਹਨਾਂ ਦਾ, ਉਹ ਵੀ ਬੈਠੇ ਦੇਖ ਰਹੇ ਨੇ ਟੂਰਨਾਮੈਂਟ। ਸੋ ਧੰਨਵਾਦ ਉਹਨਾਂ ਵੀਰਾਂ ਦਾ, ਬਹੁਤ ਬਹੁਤ ਧੰਨਵਾਦ ਜੀ। ਰਾਣੇ ਵੀਰ ਨੂੰ ਬੇਨਤੀ ਆ ਵੀ ਉਹ ਬਲਵੀਰ ਸਿੰਘ ਵੀਰੇ ਨੂੰ ਮਿਲ ਲੈਣ। ਰਾਣੇ ਵੀਰ ਦਾ ਲੈ ਵੀ ਗੁਰਜੀਤ, ਜਿਹੜਾ ਫੈਸਲਾ ਹੋ ਗਿਆ ਵੀਰ ਉਹ ਤੇ ਮੰਨਣਾ ਪੈਣਾ ਹੈ। ਇਧਰ ਵਿੱਚ ਪਿਛਕਾਰ ਜਿਹੜੇ ਸਾਡੇ ਵੀਰ ਪਿੱਛੇ ਜੇ ਬੈਠੇ ਹੈ, ਲਗਾਤਾਰ ਹੱਲਾ ਸ਼ੇਰੀਆਂ ਦੇ ਰਹੀ ਹੈ ਦੋਗਿਆਂ ਵਾਲੇ ਨੂੰ, ਕਹਿੰਦੇ ਖੁਸ਼ੀ ਭੱਜ ਕੇ ਡੱਕ ਲੈ ਨੌਜਵਾਨਾਂ, ਇਹ ਆਪੋ ਆਪਣੇ ਚਹੇਤੇ ਖਿਡਾਰੀ ਹੁੰਦੇ ਹੈ, ਆਪੋ ਆਪਣੇ ਚਹੇਤਿਆਂ ਦਾ ਮਾਨ ਸਨਮਾਨ ਹੋਣ ਜਾ ਰਿਹਾ ਹੈ। ਵਾਧੋ ਵੱਧ ਕਬੱਡੀ ਕੱਪ ਤੇ ਇੱਕ ਪਾਸੇ ਡੀਪੀ ਧਾਲੀਵਾਲ ਦੀ ਕਬੱਡੀ, ਮਾਂ ਗੁਰੂ ਪਿਤਾ ਗੁਰਦੇਵ ਇਹ ਗੱਲ ਭੁੱਲ ਨਾ ਜਾਣੀ, ਇਹ ਗੱਲ ਮੈਂ ਨਾ ਕਹਿੰਦਾ ਕਹਿੰਦੀ ਗੁਰਾਂ ਦੀ ਬਾਣੀ, ਬਾਣੀ ਨਾਲ ਹੈ ਸਭ ਚੱਲਦਾ, ਸਭ ਦੀ ਗੁਰੂ ਹੈ ਬਾਣੀ। ਐਸੀਆਂ ਖੇਡਾਂ ਖੇਡ ਵਿਖਾਓ, ਲੋਕੀ ਪਾਇਆ ਕਰਨ ਕਹਾਣੀ, ਲੋਕੀ ਪਾਇਆ ਕਰਨ ਕਹਾਣੀ। ਇੱਕ ਪਾਸੇ ਕਹਾਣੀਆਂ ਪੈਂਦੀਆਂ ਖੇਡੀਆਂ। ਸਾਡੇ ਦਰਮਿਆਨ ਸਾਡੇ ਇਸ ਪਿੰਡ ਦਾ ਭਾਣਜਾ ਬਿੱਟੂ ਬੱਗਿਆਂ ਤੋਂ ਉਹ ਪਹੁੰਚੇ ਨੇ ਇੱਥੇ ਆਉਣ ਤੇ, ਜੀਆਂ ਕਹਿੰਦੇ ਆ, ਤੇ ਨਾਲ ਹੀ ਨਾਲ ਸੈਮੀਫਾਈਨਲ ਦੀਆਂ ਟਾਈਆਂ ਪੈ ਰਹੀਆਂ, ਇੱਕ ਇੱਕ ਮੈਂਬਰ ਉੱਥੇ ਆ ਜਾਵੇ ਸੈਮੀਫਾਈਨਲ ਮੈਚ ਦੀਆਂ। ਸੋ ਧੰਨਵਾਦ ਬਿੱਟੂ ਵੀਰ ਦਾ ਜਿਹਨੇ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਕੋਲ ਪਹੁੰਚਿਆ, ਬਹੁਤ ਬਹੁਤ ਧੰਨਵਾਦ। ਬੁਰਜ ਹਰੀ ਦਾ ਗੁਰਪ੍ਰੀਤ ਸਿੰਘ ਦਰਸ਼ਕ ਵੀਰੋ ਅਗਲੀ ਕਬੱਡੀ ਪਹੁੰਚ ਚੱਲਿਆ ਹੈ। ਕਿੱਡਾ ਸੋਹਣਾ ਨਾਮ ਰੱਖਿਆ ਮਾਪਿਆਂ ਨੇ ਗੁਰਪ੍ਰੀਤ, ਗੁਰਾਂ ਦੇ ਨਾਲ ਪ੍ਰੀਤ ਮੇਰੇ ਵੀਰੋ, ਬਿਨਾਂ ਮੁਰਸ਼ਦਾਰਾਂ ਨਾਲ ਹੱਥ ਆਉਂਦੇ ਦੋਦਾ ਵਾਹ ਨਰੀ ਦੀ ਖੀਰ ਸਾਈਂ, ਸਿਰਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚਿਹੜੇ ਤੁਸੀਂ ਪੀਰ ਸਾਈਂ, ਫਕਰ ਪਕੜ ਕੇ ਰਾਮ ਦਾ ਤੁਰਤ ਬੰਨੇ, ਬੇੜਾ ਡੁੱਬਦਾ ਡੂੰਘੜੇ ਨੀਰ ਸਾਈਂ, ਫਕਰ ਕੁੱਲ ਜਹਾਨ ਦਾ ਆਸਰਾ ਏ, ਤਾਵਿਆ ਫਕਰ ਦੀ ਪੀਰ ਅਮੀਰ ਸਾਈਂ, ਬਿਨਾਂ ਮੁਰਸ਼ਦਾਰਾਂ ਨਾਲ ਹੱਥ ਆਉਂਦੇ ਦੋਦਾ ਵਾਹ ਨਰੀ ਦੀ ਖੀਰ ਸਾਈਂ। ਇੱਧਰ ਤਾਰੇ ਹੋਏ ਉਸਤਾਦ ਤੇ ਦੁਨੀਆਂ ਦੇ ਦੋ ਸੁਪਰ ਪਿੱਟਦੇ ਹੋਏ ਗਰਾਊਂਡ ਦੇ ਵਿੱਚ, ਬਿੱਟੂ ਦਗਾਲ ਪਿੰਡ ਵਾਲਾ ਜਦ ਕੈਂਟੀ ਪਾ ਕੇ ਹੱਟ ਛੱਡਦਾ ਤੇ ਗੱਲਾਂ ਵੱਖਰੀਆਂ ਹੁੰਦੀਆਂ ਕਬੱਡੀ ਦੇ ਵਿੱਚ। ਇਧਰਲੀ ਸਾਈਡ ਜੋ ਪੁਆਇੰਟ ਮੇਰੇ ਵੀਰੋ, ਬੁਰਜ ਹਰੀ ਸਿੰਘ ਦੀ ਟੀਮ ਦੇ ਗਿੱਸੇ ਕੇ ਪਿੱਥੋਂ ਵਾਲਾ ਸ਼ੀਰਾ ਤੇ ਗੋਗੋ ਰੁੜਕੀ ਦਾ, ਦਗਾਲ ਵਾਲਾ ਬਿੱਟੂ ਜੱਫਾ ਲਾਉਂਦਾ ਫੁਰਤੀ ਦਾ, ਮਟੋਡੇ ਦਾ ਮਿੰਦੀ ਕਹਿੰਦੇ ਨਾਗਵਨ ਡਸਦਾ, ਲੜਤੋਂ ਦਾ ਰੂਮੀ ਪੁਆਇੰਟ ਲੈ ਕੇ ਆਉਂਦਾ ਹੱਸਦਾ। ਮੈਂ ਇੱਕ ਵਾਰੀ ਦੁਬਾਰਾ ਅਨਾਊਂਸਮੈਂਟ ਹੁਣ ਕਰਨੀ, ਇਦੋਂ ਵੱਧ ਕਰਨੀ ਨਹੀਂ। ਸੈਮੀਫਾਈਨਲ ਦੀਆਂ ਟਾਈਆਂ ਪੈ ਰਹੀਆਂ, ਫੇਰ ਨਾ ਕਿਹੋ ਇੱਕ ਇੱਕ ਮੈਂਬਰ ਉੱਥੇ ਪਹੁੰਚ ਜਾਓ, ਇੱਕ ਮਿੰਟ ਦਾ ਸਮਾਂ। ਇਧਰ ਚਰਨਾ ਧੱਲੇ ਕੇ ਪਿੰਡ ਵਾਲਾ ਰਾਮੂ ਵਾਰੀਏ ਭਗਵਾਨ ਸਿੰਘ ਨੂੰ ਉਸਤਾਦ ਮੰਨਦਾ, ਜਾਫੀ ਜਾਫੀ ਆ ਜਿਹੜਾ ਜਾਫੀ ਨੇ ਜੱਫਾ ਲਾਇਆ ਇਹਨੂੰ 500 ਰੁਪਇਆ, ਨਿੰਦਰ ਚਮੜ ਤੇ ਜਸਵੀਰ ਵਾਲੀ ਵੱਲੋਂ 500 ਰੁਪਇਆ। ਇਹਦਾ ਨਾਮ ਮੈਨੂੰ ਦੱਸ ਦਿਓ ਜੀ। ਚਰਨਾ ਧੱਲੇ ਕੇ ਪਿੰਡ ਹੈ ਜੀ, ਚਰਨਾ ਧੱਲੇ ਕੇ। ਇਧਰ ਅਗਲੀ ਕਬੱਡੀ ਦੇ ਉੱਤੇ ਨੌਜਵਾਨ ਬੁਰਜ ਹਰੀ ਸਿੰਘ ਦਾ ਸਰਪੰਚ ਦਰਸ਼ਕ ਵੀਰੋ, ਸਿੰਧੂ ਸਵਦੀ ਰਵੀ ਸਵੀਡਨ ਇਹ ਵੀ ਸਾਡੇ ਵੀਰ ਪੁੱਜੇ ਹੋਏ ਹੈ, ਪਾਵੀ ਨੌਜਵਾਨ ਗੁਰਪ੍ਰੀਤ ਸਿੰਘ ਅਗਲੀ ਕਬੱਡੀ, ਗੜ ਵਿੱਚ ਪਾਈ ਹੋਈ ਗਾਨੀ ਸੁੱਖਾਂ ਦੀ ਤਵੀਤੜੀ ਮੇਰੇ ਵੀਰੋ, ਵੇਖਦੇ ਅੱਜ ਕਿਹੜੇ ਭਾਗਾਂ ਵਾਲੇ ਖਿਡਾਰੀ ਜਿਹੜੇ ਆਟੋ ਗੱਡੀਆਂ ਦੇ ਜੇਤੂ ਬਣਦੇ ਹੈ। ਉਧਰ ਸੈਮੀਫਾਈਨਲ ਮੈਚਾਂ ਦੀਆਂ ਟਾਈਆਂ ਪੈ ਰਹੀਆਂ ਹੈ, ਯੰਗ ਸਪੋਰਟ ਦੇ ਪ੍ਰਧਾਨ ਬੂਟਾ ਛਾਪਾ ਜੀ ਕਾਲਾ ਮੁੱਲਾਪੁਰ, ਹੈਲੋ, ਜਿੰਨੇ ਵੀ ਮਾਨਕ ਵੀਰ ਪੁੱਜੇ ਹੋਏ ਆ ਧੰਨਵਾਦ ਕਰਦੇ ਹਾਂ। ਹੈਲੋ ਜਲਾਲ ਵਾਲਿਆਂ ਨੂੰ ਫੇਰ ਬੇਨਤੀ ਆ ਵੀ ਉਹਨਾਂ ਦਾ ਉਹੀ ਇੱਕ ਮੈਂਬਰ ਉਹਨਾਂ ਦਾ ਨਹੀਂ ਪਹੁੰਚਿਆ, ਫੇਰ ਨਾ ਕਿਹੋ ਵੀ ਟਾਈਆਂ ਗਲਤ ਪੈ ਗਈਆਂ ਜਲਾਲ ਵਾਲੇ। ਗੁਰਜੀਤ ਸਲੀਣ ਪਿੰਡ ਵਾਲਾ ਦਰਸ਼ਕ ਵੀਰ ਕਬੱਡੀ ਪਾਉਂਦਾ ਹੈ। ਉਧਰ ਸਾਡੇ ਮਾਨਕ ਵੀਰ ਸੁਖੀ ਜੀ ਤਕਰੀਬਨ 5-10 ਵਾਰੀ ਅਨਾਊਂਸਮੈਂਟ ਕਰ ਚੁੱਕੇ ਹੈ ਵੀ ਸੈਮੀਫਾਈਨਲ ਮੈਚਾਂ ਦੀਆਂ ਟਾਈਆਂ ਪੈਣੀਆਂ, ਜਿਹਨਾਂ ਨੇ ਟਾਈਆਂ ਦੇਖਣੀਆਂ ਉਹ ਆ ਕੇ ਟਾਈਆਂ ਦੇਖ ਲੈਣ, ਬਾਹਰ ਚ ਖਿਡਾਰੀ ਓਬਜੈਕਸ਼ਨ ਨਾ ਕਰਨ, ਅਸੀਂ ਟਾਈਆਂ ਪਾਉਣ ਲੱਗੇ ਜੇ ਟਾਈਆਂ ਦੇਖਣੀਆਂ ਉਹ ਆ ਕੇ ਟਾਈਆਂ ਦੇਖ ਸਕਦੇ ਹੈ। ਪਾਵੀ ਬੁਰਜ ਹਰੀ ਸਿੰਘ ਵਾਲਿਆ ਅਗਲੀ ਕਬੱਡੀ ਡੀਪੀ ਧਾਲੀਵਾਲ ਦੀ ਕਬੱਡੀ ਦੇ ਉੱਤੇ ਵੇਖਦਾ ਕੌਣ ਜਾਫੀ ਮੇਰੇ ਵੀਰੋ, ਇਹ ਆ ਗੋਲੂ ਗੱਜਣ ਵਾਲੀਆ ਕਬੱਡੀ ਦੇ ਵਿੱਚ ਗ੍ਰਿਪ ਦਾ ਖਿਤਾਬ ਮਿਲਿਆ ਸਨੌਜਨ ਨੂੰ, ਜਿੱਦਾਂ ਬੇਨੜੇ ਦਾ ਲੱਭੀ ਤੂਫਾਨ ਸਿੰਘ ਹੈ, ਮੰਗਾ ਮਿੱਠਾ ਪੁਰੀਆ ਪਹਾੜ ਕਬੱਡੀ ਦਾ, ਇਹਨੂੰ ਕਬੱਡੀ ਵਿੱਚ ਗ੍ਰਿਪ ਦਾ ਖਿਤਾਬ ਮਿਲਿਆ ਹੈ। ਗੋਲੂ ਗੱਜਣ ਵਾਲੀਆਂ ਮੇਰੇ ਵੀਰੋ ਜੱਫਾ ਲਾਉਂਦਾ ਹੈ।
दर्शक भीर सैमीफाइनल मैचों टाइया पै गई ने जे मैच वधिया लगन ते ताड़ी आप ही मारियो स्वाद वाली गल होंदी है दिड़वा ते बल नौ जलालपुर का मैच दर्शक भीरो इन्हां चो जितने वाली टीम दे नाल खेडा जाएगा दिड़वा ते बल नौ दीआं टीमां नूं बेनती है वो टीमां बिल्कुल तैयार ही रहन पहला सेमीफाइनल मैच इन्हां टीमां दे दरमियान खेडा जाएगा दिड़वा ते बल नौ जलालपुर का मैच इन्हां चो जितने वाली टीम दे नाल मैच खेडेगी पावी डीपी धालीवाल अगली कबड्डी रहिंदी दुनिया तक ना रहना जट बाजे खाने वाला कौडी का जरनैल कहाया गाजियां नहीं काला फुला वाली छिंदरी यारो खरे खिल सी टाउंदा पिंड नडाले वाला प्रीता हाथ नहीं सी आउंदा सोहनी कौडी खेड गया भी लोपों वाला गगी दुनिया भी चेते कर दी इसी कुल्ड छापे का फौजी ना सुनिया होना कई ने सिद्धवा वाला जीता बालन मीदी वाले ने सिरा कौडी विच कीता बालन मीदी वाले ने सिरा कौडी विच कीता इधर फैसला भी पॉइंट बुरज हरी सिंह की टीम के किसे बाओ दिड़वे वाले एवं दुनिया प्यार कर दी जी कबड्डी प्रधान राणा जी ते बीरा बदोवाल बहुत मानजग वीर ने साडे जिन्हों ने मेरे वीरों किए हुए उपराले है वी आई पी पास लैके जिन्हों वीर ने एंट्रियां कीतियां वो सारे साडे सत्कार योग ने पर वीर कोई भी वीर ग्राउंड च एंटर ना करे जिथे जिथे थां मिलता है उसे अपनी थावां मल लैन बेनती है ना वीर साड़ी स्पोर्ट्स कौड़ी तरफों बहुत बहुत धन्यवाद इन्होंने वीर का अगले मैचों की सांझ साड़ा वीर पेता शेरगढ़ चीमा राजे पॉइंट दस दी वीर किन्ने किन्ने रहे इस मैच दे विचों हैलो साडे वीरां दा मैं फिर धन्नवाद करना चाहुंदा निंदर चंपत ते जसवीर आली पंच उहनां दा बहुत मान सन्मान कीता खिडारियां नूं उन्हों का बहुत बहुत धन्यवाद है जी तो आने वाले समय के आस रखते हैं कि वो साढ़े इस तरह मोढ़े के नाल मोढ़ा ला के चलन गए सो धन्यवाद है निंदर चंपत ते जसवीर आली पंच बी पॉइंट रहे ने बुरज हरी सिंह दे तेरह पॉइंट रहे ने ड्रौली भाई दे बुरज हरी सिंह की टीम इस मैच की जेतू टीम रही है गब्बर साउंड सिस्टम बहुत प्यारी साउंड है वीर जी एक कॉर्डलैस माइक साड़ी बेनती है ग्राउंड पुड्डा किया जाए लड़कियां का शो मैच इन्हां ग्राउंडां नूं स्टार्ट होने लगे है तिड़वा मंडी ते बल नौ दा पहला सेमीफाइनल मैच जो खेडा जाएगा बुरज हरी सिंह का मैच जलालपुर की टीम के नाल दो सेमीफाइनल ते एक फाइनल ते फिर गल होनी है अज इस कबड्डी कप की किहड़े कबड्डी के खिडारी इतिहास रच के जाणगे आल्टो गड्डियां किहड़े जेतू बनते हैं इस समय दियां गल्लां है हेलो 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 जी हेलो हेलो
ਹੈਲੋ ਹੁਣੇ ਹੁਣੇ ਮੈਨੂੰ ਫੋਨ ਆਇਆ ਚਮਕੌਰ ਸਿੰਘ ਹਸਨਪੁਰ ਵੀ ਉਹ ਬੈਠੇ ਹੈਲੋ ਆਪਦੇ ਨੈੱਟ ਤੇ ਇਹ ਟੂਰਨਾਮੈਂਟ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਨਾਲ ਇਟਲੀ ਤੋਂ ਅਮਰੀਕ ਸਿੰਘ ਮੀਕਾ ਬਿੱਟੂ ਤੇ ਜੱਸਾ ਇਹ ਵੀ ਮੈਚ ਦੇਖ ਰਹੇ ਨੇ ਬੈਠੇ ਤੇ ਉਹਨਾਂ ਦਾ ਫੋਨ ਆਉਂਦਾ ਤੇ ਨਾਲੋ ਨਾਲ ਉਹ ਕਹਿੰਦੇ ਵੀ ਅਸੀਂ ਸਾਰਾ ਟੋਟਲ ਜਿਹੜਾ ਦੇਖ ਕੇ ਜਾਣਾ ਤੇ ਉਹਨਾਂ ਦਾ ਧੰਨਵਾਦ ਆ ਤੇ ਚਮਕੌਰ ਸਿੰਘ ਹਸਨਪੁਰ ਜਿਹੜੇ ਕੈਨੇਡਾ ਤੋਂ ਨੇ ਸਾਡੇ ਵੀਰ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਉਹਦੇ ਵਿੱਚ ਸਾਡੇ ਸੁਖਵੀਰ ਸਿੰਘ ਬਿੱਟੂ ਜਿਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਆਲਟੋ ਕਾਰ ਦੇਣੀ ਆ ਉਹਨਾਂ ਦਾ ਸਾਰਾ ਪਰਿਵਾਰ ਵੀ ਇਸ ਟੀਵੀ ਦੇ ਨਾਲ ਜੁੜਿਆ ਹੋਇਆ ਜੁੜ ਕੇ ਆਪਦਾ ਉਹ ਮੈਚ ਵੇਖ ਰਹੇ ਨੇ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਪਿਤਾ ਨੂੰ ਯਾਦ ਕਰਦਿਆਂ ਉਹਨਾਂ ਨੇ ਇੱਕ ਆਲਟੋ ਕਾਰ ਜਿਹੜੀ ਰੇਡਰ ਨੂੰ ਦੇਣੀ ਆ ਉਹ ਸੁਖਵੀਰ ਸਿੰਘ ਬਿੱਟੂ ਹੋਣਾ ਵੱਲੋਂ ਦਿੱਤੀ ਜਾਣੀ ਆ ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਨਾਲ ਦੁਆਰਾ ਹਸਨਪੁਰ ਵਾਲੇ ਵੀਰ ਦਾ ਵੀ ਧੰਨਵਾਦ ਉਹ ਸੁਣਦਾ ਹੋਣਾ ਮੇਰੀ ਆਵਾਜ਼ ਸੋ ਮੇਰੀ ਆਵਾਜ਼ ਨੂੰ ਸੁਣਦਾ ਉਹ ਵੀਰ ਫਿਰ ਮੈਂ ਦੁਬਾਰਾ ਉਹਦਾ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਰੱਖਦੇ ਹਾਂ ਕਿ ਉਹ ਬਹੁਤ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਸੋ ਧੰਨਵਾਦ ਜੀ ਰਾਏਕੋਟ ਤੇ ਸਿੱਧਵਾਂ ਲੜਕੀਆਂ ਦਾ ਸ਼ੋਅ ਮੈਚ ਇਸ ਗਰਾਊਂਡ ਦੇ ਵਿੱਚ ਸ਼ੁਰੂ ਹੋਇਆ ਹੈ ਦਵਿੰਦਰ ਸਿੰਘ ਜੀ ਨੀਟੂ ਔਰ ਨੀਟੂ ਮਨੀਲਾ ਇਹ ਵੀ ਸਾਡੇ ਮਾਨਕ ਵੀਰ ਵਿਦੇਸ਼ਾਂ ਵਿੱਚ ਬੈਠ ਕੇ ਇਸ ਕਬੱਡੀ ਕੱਪ ਦਾ ਆਨੰਦ ਮਾਣ ਰਿਹਾ ਹੈ ਪਿੰਦਰ ਬਦੋਵਾਲ ਤੇ ਨਾਲ ਸਾਡਾ ਵੀਰ ਰਾਜੂ ਬਦੋਵਾਲ ਯਾਦੀ ਵਰਗੇ ਵੀਰ ਇਸ ਕਬੱਡੀ ਕੱਪ ਲਈ ਬਹੁਤ ਵੱਡਾ ਸਹਿਯੋਗ ਦੇ ਰਹੇ ਹੈ ਇਧਰ ਗਰਾਊਂਡ ਦੇ ਵਿੱਚ ਰਾਏਕੋਟ ਖਿਡਾਰਨ ਦੀ ਪਈ ਹੋਈ ਕਬੱਡੀ ਹੈ ਤੇ ਲੱਗਦਾ ਹੋਇਆ ਜੱਫਾ ਵੇਖਦੇ ਨੇ ਉਹ ਪੁਆਇੰਟ ਸਿੱਧਵਾਂ ਦੀ ਟੀਮ ਦੇ ਅੱਗੇ ਸੇ ਜੁੜ ਗਿਆ ਹੈ ਦਿੜਬਾ ਮੰਡੀ ਤੇ ਬਲਨੋ ਪਹਿਲੇ ਸੈਮੀ ਦੀਆਂ ਟੀਮਾਂ ਨੂੰ ਗੁਜ਼ਾਰਿਸ਼ ਵੀ ਟੀਮਾਂ ਗਰਾਊਂਡ ਵੱਲ ਨੂੰ ਪਹੁੰਚਣ ਦਿੜਬਾ ਮੰਡੀ ਤੇ ਬਲਨੋ ਹੈਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬਦੋਵਾਲ ਦਾ ਕਬੱਡੀ ਕੱਪ ਜਿੰਨੀਆਂ ਵੀ ਸੰਗਤਾਂ ਇਸ ਕਬੱਡੀ ਕੱਪ ਦੇ ਜਿਹੜੀਆਂ ਵੀ ਹੁਣ ਚਾਰੇ ਟੀਮਾਂ ਦੇ ਅਸੀਂ ਸੈਮੀ ਫਾਈਨਲ ਕਰਾਉਣਾ ਉਹ ਚਾਰੇ ਟੀਮਾਂ ਗਰਾਊਂਡ ਚ ਆ ਜਾਓ ਸੈਮੀ ਫਾਈਨਲ ਵਾਲੀਆਂ ਉਹਨਾਂ ਦਾ ਨਾਂ ਸਾ ਉਹਨਾਂ ਨੂੰ ਆਪਣੇ ਆਪਣੀ ਪਤਾ ਚਾਰੇ ਟੀਮਾਂ ਗਰਾਊਂਡ ਚ ਆ ਜਾਓ ਜੀ ਉਧਰ ਅੱਜ ਦੇ ਕਬੱਡੀ ਕੱਪ ਤੇ ਇੱਕ ਜਿਹੜੀ ਅਲਟੋ ਕਾਰ ਆ ਸਵਰਗਵਾਸੀ ਸਰਦਾਰ ਨਿਰਮਲ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤੀ ਜਾਣੀ ਹੈ ਇਧਰ ਲੜਕੀਆਂ ਦਾ ਬਹੁਤ ਤਕੜਾ ਮੈਚ ਕਿ ਕੁੱਖ ਦੇ ਵਿੱਚ ਧੀ ਤੇ ਖੇਤ ਦੇ ਵਿੱਚ ਪਾਣੀ ਨਾ ਬਚੇ ਤਾਂ ਲੋਕੋ ਫਿਰ ਖਤਮ ਕਹਾਣੀ ਨੌਜਵਾਨ ਖਿਡਾਰੀ ਨੇ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾਈ ਤੇ ਦੂਜੇ ਪਾਸੇ ਲੱਗਿਆ ਹੋਇਆ ਬਹੁਤ ਤਕੜਾ ਜੱਫਾ ਮੇਰੀ ਬੇਨਤੀ ਦਿੜਬਾ ਤੇ ਬਲਨੋ ਦੀਆਂ ਟੀਮਾਂ ਜਿਹੜੀਆਂ ਪਹਿਲਾ ਸੈਮੀ ਫਾਈਨਲ ਮੈਚ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਉਧਰ ਪਿੰਦਰ ਬਦੋਵਾਲ ਜੀ ਕੈਨੇਡਾ ਦੇ ਵਿੱਚ ਵਸਦੇ ਆ ਕਬੱਡੀ 365.com ਦੇ ਜ਼ਰੀਏ ਉਹ ਵੀ ਇਸ ਕਬੱਡੀ ਕੱਪ ਦਾ ਆਨੰਦ ਲੈ ਰਹੇ ਆ ਨਾਲ ਸਾਡੇ ਵੀਰ ਗੁਰਮੀਤ ਸਿੰਘ ਜੀ ਨੀਟੂਣੀ ਹੈਪੀ ਪੰਡੋਰੀ USA ਇਧਰ ਨੌਜਵਾਨ ਖਿਡਾਰੀ ਨੇ ਫੜਿਆ ਗੁੱਟ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਦਿੜਬਾ ਤੇ ਬਲਨੋ ਟੀਮਾਂ ਪਹਿਲੇ ਸੈਮੀ ਫਾਈਨਲ ਮੈਚ ਦੇ ਲਈ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਉਧਰ ਰਾਣਾ ਬਦੋਵਾਲ ਜੀ ਜੋ ਕਿ ਇਸ ਕਲੱਬ ਦੇ ਪ੍ਰਧਾਨ ਹੈ ਨਾਲ ਬਲਵੀਰ ਸਿੰਘ ਜੀ ਵੀਰਾ ਬੜੇ ਸਤਿਕਾਰਯੋਗ ਵੀਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਤੇ ਨੌਜਵਾਨ ਖਿਡਾਰੀ ਨੇ ਪੁਆਇੰਟ ਜੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਜਿੱਦਾਂ ਕਹਿੰਦੇ ਵਰਲਡ ਕੱਪ ਦੇ ਵਿੱਚ ਪੰਜਾਬ ਸਰਕਾਰ ਨੇ ਲੜਕੀਆਂ ਦੇ ਮੈਚ ਕਰਵਾਏ ਉਦਾਂ ਬਦੋਵਾਲ ਦੀ ਕਲੱਬ ਨੇ ਵੀ ਲੜਕੀਆਂ ਦਾ ਮੈਚ ਕਰਵਾ ਕੇ ਇਹਨਾਂ ਦੇ ਵੀ ਜਿਹੜੇ ਮਾਣ ਸਤਿਕਾਰ ਕਰ ਰਹੇ ਆ ਇਧਰ ਖਿਡਾਰ ਨਗਲੀ ਰੇਡ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਾਧੀ ਹੋਈ ਸਾਹਮਣੇ ਚਾਰ ਜਾਫੀ ਕਿਹੜੀ ਖਿਡਾਰ ਨੇ ਇਸ ਨੂੰ ਡੱਕੇਗੀ ਤੇ ਰੱਖੇਗੀ ਉਧਰ ਨੌਜਵਾਨ ਧਮਾਲ ਵਾਲੇ ਜੀਤੇ ਨੇ ਫੈਸਲਾ ਕਰਨਾ ਇਸ ਪੁਆਇੰਟ ਦਾ ਕਿ ਰੇਡਰ ਦੇ ਜਾਂ ਫਿਰ ਜਾਫੀ ਦੇ ਕਿਹਦੇ ਹਿੱਸੇ ਵਿੱਚ ਜੁੜਨਾ ਇਹ ਪੁਆਇੰਟ ਜਾਫੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਦਿੜਬਾ ਤੇ ਬਲਨੋ ਦੀਆਂ ਟੀਮਾਂ ਪਹਿਲੇ ਸੈਮੀ ਫਾਈਨਲ ਮੈਚ ਲਈ ਪਹੁੰਚਣ
17 तरीक रूमी दे विच 11 ट्रैक्टर दिते जाने आ अज इस धरती ते अल्टो कारां ते नाल ही साडा वीर बिल्ला ललतों वाला कबड्डी दी गल करू। इधर दो नंबर दी किट विच पई हुई कबड्डी खिडारन दी इस तो अगला जो पहला सैमीफाइनल मैच होना दिड़बा मंडी ते बाल नौड़ियां टीमां दे दरमियान टीमां नूं गुजारिश है टीमां दी रेस्ट दे लई असीं जिहड़ा लड़कियां दा शो मैच रखिआ इन्हां ग्राउंडां दे विच ਉਹ ਟੀਮਾਂ ਸਮੇਂ ਦੇ ਨਾਲ ਗਰਾਊਂਡ 'ਚ ਐਂਟਰ ਕਰ ਜਾਣ ਦਿੜਬਾ ਮੰਡੀ ਤੇ ਬਲ ਨੌੜੀਆਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਗਰਾਊਂਡ 'ਚ ਪੁੱਜਣ ਇਧਰ ਮਾਵਾਣੀਆਂ ਸ਼ੇਰ ਬੱਚੀਆਂ ਦੀ ਕਬੱਡੀ ਗਰਾਊਂਡ ਦੇ ਵਿੱਚ ਹੋ ਰਹੀ ਹੈ ਕਿ ਮੈਨੂੰ ਕੁੱਖ 'ਚ ਨਾ ਕਤਲ ਕਰਾ ਨੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਨੀ ਮਾਏ ਮੇਰੀਏ ਮੈਂ ਵੀ ਪੀਟਾ ਊਸ਼ਾ ਜੀ ਬਣ ਸਕਦੀ ਹਾਂ ਉਧਰ ਸਾਡਾ ਵੀ ਰਵੀ ਕਨੇਡਾ ਜੀ ਨਾਲ ਕਮਰਜੀਤ ਕਨੇਡਾ ਹਰਮਿੰਦਰ ਕਨੇਡਾ ਬਲਵੰਤ ਕਨੇਡਾ ਚਰਨਜੀਤ ਚੰਨਾ ਯੂਐਸਏ ਕਰਮਜੀਤ ਯੂਐਸਏ सरदार दर्शन सिंह जी ते निंदर सिंह जी कनेडा दे विच बैठ के ते नाल सरदार अंग्रेज सिंह जी कनेडा विच बैठे बद्दोवाल दा कबड्डी कप लाइव देख रहे हैं उन्होंने भी असीं बधाई भेजदे हां इस कबड्डी कप की। इधर बच्चियां दी कबड्डी ग्राउंड दे विच एक नंबर किट दी खिडारन ने वड्डी हुई कबड्डी पाउण दे लई कि मैं भी भगत सिंह दे जोड़े पुत्र जम सकदी हां ਦਿੜਬਾ ਮੰਡੀ ਤੇ ਬਾਲਨਾਂ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚ ਜਾਣਗੀਆਂ। ਉਧਰ ਸਰਦਾਰ ਮਨਪ੍ਰੀਤ ਸਿੰਘ ਜੀ ਇਆਲੀ ਉਹ ਵੀ ਸਟੇਜ ਤੇ ਬਿਰਾਜਮਾਨ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਆ। ਦਿੜਬਾ ਮੰਡੀ ਤੇ ਬਾਲਨਾਂ ਦੋਨੋਂ ਟੀਮਾਂ ਨੂੰ ਸਾਡੀ ਬੇਨਤੀ ਆ ਪਹਿਲਾ ਸੈਮੀਫਾਈਨਲ ਮੈਚ ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਦਿੜਬਾ ਮੰਡੀ ਤੇ ਬਾਲਨਾਂ ਟੀਮਾਂ ਜਲਦੀ ਨਾਲ ਮੈਦਾਨ ਦੇ ਵਿੱਚ ਪਹੁੰਚ ਜਾਣ। 26 ਫਰਵਰੀ ਰੌਣੀ ਦਾ ਕਬੱਡੀ ਕੱਪ ਹੋਵੇਗਾ। ਵੈਸਟ ਏਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ। ਇਧਰ ਖਿਡਾਰ ਨੇ ਖੇਡ ਮੈਦਾਨ ਦੇ ਵਿੱਚ ਲਾ ਤਕੜਾ ਜੱਫਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਉਧਰ ਰਾਣਾ ਬੱਦੋਵਾਲ ਜੀ ਗਗਨ ਸਾਡਾ ਵੀਰ ਅੰਮ੍ਰਿਤਸਰ ਦਵਿੰਦਰ ਸਿੰਘ ਜੀ ਨੀਟੂ ਸਰਦਾਰ ਸੁਖਵਿੰਦਰ ਸਿੰਘ ਜੀ ਵਿੱਟੂ ਜਤਿੰਦਰ ਸਿੰਘ ਜੀ ਗੱਗੀ ਲਖਵੀਰ ਸਿੰਘ ਜੀ ਨਾਲ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਇਧਰ ਨੌਜਵਾਨ ਖਿਡਾਰਨ 9 ਨੰਬਰ ਦੀ ਕਿੱਟ ਦੇ ਵਿੱਚ ਪਾ ਕੇ ਕਬੱਡੀ ਇਸ ਵੇਲੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਉਧਰ ਸਰਦਾਰ ਦਵਿੰਦਰ ਸਿੰਘ ਜੀ ਤੂਰੂਣੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆ। ਮੇਰੀ ਬੇਨਤੀ ਦਿੜਬਾ ਮੰਡੀ ਦੀ ਟੀਮ ਅਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਪੁੱਜੀ। ਉਧਰ ਬਾਲਨਾਂ ਦੀ ਟੀਮ ਜਿਹੜੀ ਮੈਦਾਨ ਦੇ ਵੱਲ ਪੁੱਜਦੀ ਜਾ ਰਹੀ ਆ। ਲੱਖਾ ਚੀਮਿਆਂ ਦਾ ਆਲੋ ਢੇਰੀਆਂ ਦਾ ਦੀਸਾ ਦੀਪੇ ਹੋਣੀ ਮੰਨੇ ਹੋਣੀ ਕਬੱਡੀ ਦੇ ਸਟਾਰ। ਇਧਰ ਨੌਜਵਾਨ ਖਿਡਾਰਨ ਦਾ ਲੱਗਦਾ ਹੋਇਆ ਤਕੜਾ ਜੱਫਾ ਇਸ ਵੇਲੇ ਮੈਦਾਨ ਦੇ ਵਿੱਚ ਪੂਰੀ ਜਦੋਜਹਿਦ ਖੇਡ ਮੈਦਾਨ ਦੇ ਵਿੱਚ ਜਾਰੀ ਫੜਿਆ ਹੋਇਆ ਗੁੱਟ ਤੇ ਵੱਜੀ ਹੋਈ ਕੈਂਚੀ ਜਿਹੜਾ ਜਾਫੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦੀ ਹੋਈ। ਦਿੜਬਾ ਮੰਡੀ ਦੀ ਟੀਮ ਗਰਾਊਂਡ 'ਚ ਪੁੱਜ ਜਾਵੇ ਬਾਲਨਾਂ ਦੀ ਟੀਮ ਆ ਗਈ ਹੈ। ਦੁਨੀਆਂ ਦੇ ਸੁਪਰ ਸਟਾਰ ਅੱਜ ਇਹਨਾਂ ਗਰਾਊਂਡ 'ਤੇ ਧੁੰਮਾਂ ਪਾਉਣ ਲਈ ਪੁੱਜੇ ਹੋਏ ਹੈ। ਮਨੋਹਰ ਝਾਂਡੇ ਜੀ ਤੇ ਨਾਲ ਸੁਖਵੀਰ ਸਿੰਘ ਜੀ ਬਿੱਟੂ ਪਹਿਲੇ ਸੈਮੀ ਦਾ ਜਿਹੜਾ ਖਿਡਾਰੀ ਪਹਿਲਾ ਪੁਆਇੰਟ ਪ੍ਰਾਪਤ ਕਰੇਗਾ 500 ਰੁਪਏ ਦੇ ਕੇ ਮਾਨਸਮਾਨ ਕੀਤੇ ਜਾਣਗੇ। ਇਧਰ 3 ਨੰਬਰ ਦੀ ਜਰਸੀ ਦੀ ਖਿਡਾਰਨ ਅਗਲੀ ਕਬੱਡੀ ਪਾਉਣ ਦੀ ਵਧੀ ਹੋਈ ਹੈ। ਉਧਰ ਵੱਜਿਆ ਹੋਇਆ ਟੱਚ ਤੇ ਅਫੀਸ਼ੀਅਲ ਦਾ ਕੀ ਫੈਸਲਾ ਹੁੰਦਾ ਵੀ ਪੁਆਇੰਟ ਦੋ 6 ਬੱਚੀਆਂ ਜੁੜਦੀਆਂ ਤੇ ਪੁਆਇੰਟ ਸਟਾਪਰ ਦੇ ਕਿਸੇ ਇਹ ਜੋ ਪੁਆਇੰਟ
सिद्धमा की टीम के किसे सिद्धमा पिंड भी अनेक कबड्डी के खिलाड़ी पैदा हुए है। सिद्धमा ने चैनी का मशहूर किया हुआ पिंड है, गुलजार का पिंड है, जीते वर्गे महारथी हुए इस पिंड के। दिड़वे की टीम ग्राउंड में एंटर करे दिड़बा, दिड़बा मंडी ते बलनो। दर्शक भीर बहुत तकड़ा मैच, एक बार ताड़ी मार दो जोरदार। दिड़बा मंडी ते बलनो लवी भैनी वाले आप मैच है जेड़ा जल्दी नाल शुरू करवाइए। पिछला जब कबड्डी कप होया तो इस कबड्डी कप का वैट जाफी जेड़ा दिड़बे का रणिया इस धरती से वह भी ग्राउंड पुजता जा रहा ते नाल चीमे का लखा दीपा बालनो का पलवान ते बन्नी समाणे का कहिंदे कबड्डी का स्टार वह भी ग्राउंड पहुंच चुके हैं। दिड़बा मंडी ते बालनो का पहला सैमीफाइनल मैच, कई दर्शक दिड़बा मंडी की टीम के फैन होने ते आखते होने इस मैच के विचों दिड़बा मंडी की टीम जितेगी। अज बड़े उल्टफेर बद्दोवाल के कबड्डी कप से होए है ते कई वालनो की टीम के जेडे दर्शक फैन होने हैं, पर मैच का पता कुछ पलों के बाद लग जाएगा केड़ी टीम इस मैच के विचों जित के फाइनल दे विच चली जाएगी। हैलो अमन जगराओं तो साडे दरम्यान पहुंचे आ इत्थे आउण ते जिया कहने अमर जगराओं तो नाल ही नाल मैं रणजीत सिंह राणा उन्हों बेनती करूंगा प्रधान जी ने भी कहो बलवीर सिंह भीर उन्होंने को आ जाओ आप सन्मान चिन्ह देने। रणजीत सिंह राणा उधर सरदार प्रीतम सिंह जी लंडे के वाले मनीला दे विच बैठे हो भी फास्ट वे चैनल के जरिए अज दे कबड्डी कप का आनंद ले रहे हैं। उधर सनी सोता जी वीर नूं बेनती है भी जिन्नी जल्दी हो सके साडे कोले पहुंचे राणा वीर। लवी धूड़ वालिया मेरी बेनती मनी धूड़ जी आप मैच है जरा जल्दी दे नाल शुरू करवाइए। दिड़बा मंडी ते बलनो बद्दोवाल दे कबड्डी कप का पहला सैमीफाइनल मैच, बहुत तकड़ा मैच खेड कबड्डी का खेडिया जाएगा। हैलो मैं बेनती करा साडे बहुत ही सत्कारयोग हलका दाखा दे एमएलए मनप्रीत सिंह जी आली मैं उन्होंने बेनती करूंगा ते नाल ही नाल पन्नू साहब नूं भी बेनती करूंगा वह भी आउण। परमजीत सिंह पन्नू इस मैच की सांझ पाउण दे लई साडे बहुत सत्कारयोग मखण अली जी दुनिया के महान बुलारियां विचों बहुत वड्डा नाम है। हैलो साडे बहुत ही सत्कारयोग परमजीत सिंह पन्नू एस पी उन्होंने बेनती करांगे ते नाल ही मनप्रीत सिंह जी आली हलका दाखा एम एल ए गुरसेवित सिंह घोलिया वह भी आ जाण असी सन्मान चिन्ह देना। उधर हरमिंदर ढिल्लों जी मां साहब तो नाल साडा वीर रिंका मां साहब वह भी वीर विशेष तौर पर पुजे उन्हों का बहुत बहुत धन्यवाद है। वैनकूवर कबड्डी क्लब का बहुत बड़ा नाम है, भावे बलजीत गिल जी साढ़े विचकार नहीं रहे पर जिन्ना चिर कबड्डी रहनी है उन्हों का नाम पूरी दुनिया से रहना है। गुरदीप सिंह उन्होंने भी बेनती करो भी आ जाना। हेलो बीरा बद्दोवाल बेनती है जी बीरा बद्दोवाल मैं फोन आया कहता मैं बैठा कनेडा तो मैच देख रहे ने नाल ही मैं फोन भी आ गया। सो मीत वीरे तेरा बहुत बहुत धन्यवाद है भाई। मैच बहुत तकड़ा दिड़बा मंडी ते बलनो के जे तू चलिया काम जरूरी सुन लै एक कहानी प्यो दादे तो मैं सुनी सी थानू अज सुनाउनी नूर नाल दे कोल है मक्का जामी उतर दी एक मिनट साडे दरम्यान अरमान सिद्धू जीवन सुनेत आकाश पठल ते रवि गौर ये मेरे वीर पहुंचे ने इन्हां नूं जिया कहने धन्नवाद करदे आं ते आउण वाले समय दे विच वी इन्हां नूं आस रखांगे भी इसे तरह साडे नाल मोढे नाल मोढा जोड़ के इत्थे आउणगे।
संदीप नंगल अंबिया ग्राउंड चेंटर करे जी साड़ी बेनती है संदीप नंगल अंबिया एक मिनट यार सम्मान जन निंदर झामट वह भी सम्मान चन लै लैन राजवीर सिंह भुलर जसवीर सिंह राणा राजवीर सिंह भुलर वह भी आ जाना तेजेंद्र सिंह केड़ी जी कमल पंगू वो भी मेरे वीर आ जाने कमल पंगू याली तो कमल पंगू बल नौ ते दड़बा मंडी उधर मानयोग सत्कार शख्सियत दे मान सम्मान हो रहे ने निंदर झामट संदीप नंगल अंबिया आके दीशे जी संपर्क करे जी संदीप नंगल अंबिया सरमान चंद गुरदीप पंच ए आली जसवीर सिंह त्रिपन गल रिपन गल बारह तरीक कालक दे कबड्डी कप की होगी मनदीप होनी निम्मा कंगणवाल जी सदे दे रहे हैं बारह तरीक कालक का कबड्डी कप शाह सुंदरपाल सिंह बदौल हाँ जी रेशम सिंह सन्मान चंद रेशम सिंह माड़ा दस दौ कितने